ਤੇ ਆ ਬਿਗ ਬੋਸ ਦੀ ਟਰਾਫੀ ਪਈ ਆ ਤੇ ਆ ਕਮੇਡੀ ਸੁਪਰ ਸਟਾਰ ਜੈ ਸਾਈਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਤੇ ਪਾਤਰ ਟਰੈਵਲਸ ਤੇ। ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਨਕੋਦਰ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਤੇ ਬਾਬਾ ਬਿੱਕੀ ਸਰਕਾਰ ਜੀ ਦੇ ਦਰਗਾਹ ਤੇ। ਤੇ ਬਾਹਰ ਦਾ ਤਾਪਮਾਨ ਬਹੁਤ ਜ਼ਿਆਦਾ 7 ਡਿਗਰੀ ਸੈਲਸੀਅਸ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਨਕੋਦਰ। ਛੇ ਡਿਗਰੀ ਸੈਲਸੀਅਸ ਤੇ ਅਜਾ ਪਹਿਲਾਂ ਸਾਰਾ ਲਗਭਗ ਆਹ ਥਾਂ ਸਾਰਾ ਕੱਚਾ ਸੀ, ਜਿਹੜਾ ਆਪਾਂ ਫਰਸ਼ ਦੇਖੀ ਜਾਂਦੇ ਹਾਂ ਸਾਰਾ ਥਾਂ ਕੱਚਾ ਸੀਗਾ। ਅਤੇ ਜਿਉਂ ਜਿਉਂ ਮਤਲਬ ਇੱਥੇ ਆਪਣੇ ਸ਼ਰਧਾਲੂ ਅਤੇ ਸੇਵਾ ਕਰਦੇ ਆ, ਆਪਦਾ ਦਾਨ ਕਰਦੇ ਆ, ਫਿਰ ਸਾਰੇ ਪੈਸੇ ਮਤਲਬ ਐਂ ਵਾਰੀ ਵਾਰੀ ਜਗ੍ਹਾ ਦੇ ਉੱਪਰ ਲਾਉਂਦੇ ਆ। ਅਤੇ ਆਹ ਇੱਥੇ ਥੋੜ੍ਹੀਆਂ ਚੀਜ਼ਾਂ ਨਵੀਆਂ, ਪਹਿਲਾਂ ਉੱਧਰ ਦੀ ਰਾਹ ਵੀ ਹੁੰਦਾ ਸੀ, ਹੁਣ ਵੀ ਵੈਸੇ ਰਾਹ ਅਤੇ ਪਰ ਹੁਣ ਆ ਥੋੜ੍ਹੀ ਜਿਹੀ ਫਰਸ਼ ਫੁਰਸ਼ ਲੱਗਦੀ ਕਰਕੇ ਤਾਂ ਕਰਕੇ ਮੈਨੂੰ ਲੱਗਦਾ ਥੋੜ੍ਹਾ ਰਾਹ ਬੰਦ ਕੀਤਾ ਹੋਇਆ ਵਾ। ਐਂਟਰੀ ਜੈ ਬਾਬਾ ਮੁਰਾਦ ਸ਼ਾਹ ਜੀ, ਅਤੇ ਅੰਦਰ ਵੜਨ ਸਾਰ ਹੀ ਬਾਬਾ ਮੁਰਾਦ ਸ਼ਾਹ ਜੀ ਦੀ ਤਸਵੀਰ, ਅਤੇ ਥੋੜ੍ਹਾ ਜਿਹਾ ਅੰਦਰ ਤੋਂ ਫਿਰ ਜਿੱਥੇ ਹੁਣ ਥੋੜ੍ਹਾ ਜਿਹਾ ਪਹਿਲਾਂ ਤਾਂ ਆਪਾਂ ਇੱਥੇ ਵੀਡੀਓ ਸ਼ੂਟ ਕਰ ਸਕਦੇ ਸੀਗੇ, ਹੁਣ ਥੋੜ੍ਹਾ ਜਿਹਾ ਅੱਗੇ ਜਾ ਕੇ ਨਾ ਉੱਥੇ ਜਾ ਕੇ ਥੋੜ੍ਹਾ ਜਿਹਾ ਬੰਦ ਕੀਤਾ ਹੋਇਆ ਵਾ। ਅਤੇ ਫਰਸ਼ ਵੀ ਬਹੁਤ ਠੰਡਾ ਵਾ, ਕੁਛ ਜ਼ਿਆਦਾ ਹੀ ਠੰਡਾ ਵਾ। ਥੋੜ੍ਹੀ ਡੈਕੋਰੇਸ਼ਨ ਕੀਤੀ ਹੋਈ ਆ ਦਰਖਤਾਂ ਦੀ। ਇੱਦੋਂ ਅੱਗੇ ਥੋੜ੍ਹਾ ਜਿਹਾ ਕੈਮਰੇ ਦੀ ਮਨਾਈ ਆ ਅਤੇ ਫੋਨ ਬੰਦ ਕਰਨ ਦੀ ਰਿਕੁਐਸਟ ਉਹਦੇ ਉਹਨੇ ਸਾਹਮਣੇ ਕੀਤੀ ਹੋਈ ਆ, ਇਸ ਕਰਕੇ ਥੋੜ੍ਹਾ ਜਿਹਾ ਮੈਂ ਫੋਨ ਹੁਣ ਅੰਦਰ ਕਰਦਾ ਆਪਣੇ। ਅਤੇ ਬਾਕੀ ਫਿਰ ਵੀ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਅੰਦਰੋਂ ਦਿਖਾ ਸਕਾਂ। ਅਤੇ ਉਸ ਤੋਂ ਅੱਗੇ ਆ ਇੱਕ ਦੋ ਗੇਟ ਲੰਘ ਕੇ, ਮਤਲਬ ਫਿਰ ਇੱਕ ਦੋ ਗੇਟ ਲੰਘ ਕੇ ਨਾ ਅੱਗੇ ਜਾ ਕੇ ਫਿਰ ਮੱਥਾ ਟੇਕਦੇ ਆ ਸਾਰੇ। ਅਤੇ ਆ ਉਸ ਤੋਂ ਅੱਗੇ ਵਾਲੀ ਐਂਟਰੀ ਆ। ਅਤੇ ਇੱਕ ਗੱਲ ਹੋਰ ਨੋਟ ਕੀਤੀ, ਇੱਥੇ ਸ਼ਾਂਤੀ ਬਹੁਤ ਆ, ਸ਼ਾਂਤੀ ਬਹੁਤ ਜ਼ਿਆਦਾ ਆ। ਅਤੇ ਇੱਧਰ ਦੀ ਵੀ ਐਂਟਰੀ ਇੱਕ, ਇੱਧਰ ਦੀ ਵੀ ਜਾ ਕੇ ਐਂਟਰੀ ਇੱਕ ਉਹ ਰਿਹਾ, ਤੁਹਾਨੂੰ ਸਾਹਮਣੇ ਗੇਟ ਦਿਖਦਾ ਹੁਣ ਉੱਧਰ ਦੀ ਐਂਟਰੀ ਆ। ਅਤੇ ਜਦੋਂ ਇੱਥੇ ਜ਼ਿਆਦਾ ਭੀੜ ਹੁੰਦੀ ਆ ਮਤਲਬ ਉੱਧਰ ਦੀ ਐਂਟਰੀ ਕਰਕੇ ਐਂ ਸਾਰਾ ਘੁੰਮ ਕੇ ਇਹਦੇ ਵਿੱਚ ਦੀ ਜਾ ਕੇ ਫਿਰ ਜਾ ਕੇ ਫਿਰ ਉੱਥੇ ਜਾ ਕੇ ਐਂਟਰੀ ਫਿਰ ਮਿਲਦੀ ਆ। ਅਤੇ ਆਹ ਥੋੜ੍ਹਾ ਜਿਹਾ ਅੰਦਰਲਾ ਵਾ, ਦਰਸ਼ਨ ਤੁਸੀਂ ਕਰ ਸਕਦੇ ਹੋ।
ਬਾਬਾ ਮੁਰਾਦ ਸ਼ਾਹ ਜੀ ਅਤੇ ਮੁਰਾਦਾਂ ਪੂਰੀਆਂ ਹੁੰਦੀਆਂ ਵਾ ਸਾਰਿਆਂ ਦੀਆਂ, ਇੱਕ ਚੁੱਪ ਦਾ ਰਾਣ ਅਤੇ ਇੱਕ ਸਫਾਈ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾਂਦਾ ਖਾਸ ਤੌਰ 'ਤੇ। ਬਾਕੀ ਹੁਣ ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕਰਦਾ ਅੰਦਰੋਂ ਦਿਖਾਉਣ ਦੀ, ਬਲਕਿ ਵੈਸੇ ਤਾਂ ਬਣਾਈ ਹੀ ਆ ਅਤੇ ਬਾਕੀ ਮੈਂ ਅੰਦਰ ਜਾ ਕੇ ਕੈਮਰਾ ਦੇਖਦਾ, ਤੁਸੀਂ ਦਰਸ਼ਨ ਕਰ ਲਿਓ ਅੰਦਰੋਂ। ਚਾਹ ਦਾ ਲੰਗਰ ਛਕਣ ਤੋਂ ਬਾਅਦ ਇਹਦੇ ਨਾਲ ਹੀ ਆ ਦਰਬਾਰ ਦੇ, ਇਹ ਪਹਿਲਾਂ ਵਾਲੀ ਫੋਟੋ ਤੁਹਾਨੂੰ ਮੈਂ ਪਹਿਲਾਂ ਇਹਦੇ ਵਿੱਚ ਪਾ ਦੂੰਗਾ ਦੇਖ ਲਿਓ ਤੁਸੀਂ। ਅਤੇ ਆਹ ਹੁਣ ਇੱਥੇ ਮੋਡੀਫਾਈ ਕੀਤਾ ਹੋਇਆ ਸਾਰੇ ਹੀ ਵਧੀਆ ਸਫਾਈ ਸਫੂਈ ਕਰਕੇ ਨਾ, ਅਤੇ ਇਹ ਇੱਕ ਹਿਸਾਬ ਦੀ ਵੀ ਫੋਟੋ ਕਰਨ ਨੂੰ ਹੀ ਰੱਖ ਲਓ, ਇੱਕ ਹਿਸਾਬ ਦੀ ਪਲੇਸ ਬਣਾਈ ਹੋਈ ਆ, ਉਹ ਦੂਰ ਦੂਰ ਤੱਕ ਐਂ ਸੇਮ ਹੀ ਆ ਸਾਰਾ ਸਾਰਾ ਸੇਮ ਹੀ ਬਣਾਇਆ ਹੋਇਆ। ਦੋ ਤਿੰਨ ਲੰਗਰ ਹਾਲ ਨੇ, ਮਤਲਬ ਚਾਹ ਦਾ ਜੋ ਲੰਗਰ ਹਾਲ ਆ ਨਾ ਉਹ ਅੱਡ ਆ ਅਤੇ ਸਾਈਡ 'ਤੇ ਆ ਨਾ, ਅਤੇ ਜੋ ਮਤਲਬ ਲੰਗਰ ਵਾਲਾ ਜਿੱਥੇ ਪ੍ਰਸ਼ਾਦਾ ਸਾਰਾ ਕੁਛ ਉਹ ਅੱਡ ਆ। ਅਤੇ ਚਲੋ ਹੁਣ ਤੁਹਾਨੂੰ ਮੈਂ ਇੱਕ ਹੋਰ ਜਗ੍ਹਾ ਦਿਖਾਉਂਦਾ ਵਾਂ ਜਾ ਕੇ, ਅੱਜ ਵੀਰਵਾਰ ਨਾ ਹੋਣ ਕਰਕੇ ਨਾ, ਅੱਜ ਵੀਰਵਾਰ ਨਹੀਂ ਗਾ ਮੰਗਲਵਾਰ ਦਾ ਦਿਨ ਕਰਕੇ, ਪਰ ਅੱਜ ਥੋੜ੍ਹਾ ਜਿਹਾ ਰਸ਼ ਘੱਟ ਆ, ਰਸ਼ ਘੱਟ ਕਰਕੇ ਫਿਰ ਇੱਥੇ ਜਿੰਨੀ ਵੀ ਸੰਗਤ ਆਉਂਦੀ ਆ ਵਾਰੀ ਵਾਰੀ ਹੈ ਨਾ ਉਹਨਾਂ ਨੂੰ ਚਾਹ ਪਿਆ ਜਾਂਦੇ ਆ, ਅਤੇ ਇੱਕ ਤੁਹਾਨੂੰ ਹੋਰ ਵਧੀਆ ਚੀਜ਼ ਮਤਲਬ ਜਿਹੜੀ ਆਪਣਾ ਸਾਰਿਆਂ ਨੂੰ ਦੇਖਣੀ ਚਾਹੀਦੀ ਆ। ਲਾਡੀ ਸ਼ਾਹ ਜੀ ਅਤੇ ਬਾਬਾ ਮੁਰਾਦ ਸ਼ਾਹ ਜੀ ਤੁਹਾਨੂੰ ਮੈਂ ਥੋੜ੍ਹਾ ਜੂਮ ਕਰਕੇ, ਆ ਬਾਬਾ ਲਾਡੀ ਸ਼ਾਹ ਜੀ ਦਾ ਟੇਪ ਰਿਕਾਰਡਰ ਅਤੇ ਬਾਬਾ ਸੋਟੀ ਵਗੈਰੀ ਜਿਹੜੀ ਸੋਟੀ ਪਈ ਆ ਬਾਬੇ ਜੀ ਤੁਹਾਨੂੰ ਵਿੱਚ ਦੇਖਦੀ ਹੋਣੀ ਆ, ਅਤੇ ਆ ਜੋ ਬਾਬੇ ਦਾ ਪੁਸ਼ਾਕ ਆ ਕੋਟ ਵਗੈਰਾ ਸਾਰਾ ਕੁਛ ਨਾ। ਇੱਧਰੋਂ ਆਪਾਂ ਆ ਗਏ ਸੀ ਉਹ ਗੇਟ ਬੰਦ ਸੀ ਉੱਧਰੋਂ ਤਾਂ ਕਰਕੇ ਮੈਨੂੰ ਉੱਪਰ ਦੀ ਆਉਣਾ ਪਿਆ, ਅਤੇ ਹੁਣ
ਤੇ ਲਾਸਟ ਤੇ ਪ੍ਰਸ਼ਾਦ। ਪ੍ਰਸ਼ਾਦ ਘਰ ਦੇ ਨਾਲ ਹੀ ਨਾ ਸਾਰਾ ਇੱਥੋਂ ਮਤਲਬ ਐਂ ਵਿਊ ਦਿੰਦਾ ਵਾ ਸਾਰਾ ਦਰਬਾਰ ਦਾ। ਅਤੇ ਆਹ ਖੂਹ ਆ ਜੀ ਪੁਰਾਣਾ ਕਾਫੀ, ਅਤੇ ਨਾਲ ਹੀ ਇੱਥੇ ਬਾਬੇ ਦੇ ਦੋ ਗੱਡੀਆਂ ਚਾੜ੍ਹ ਕੇ ਗਿਆ ਕੋਈ ਮਤਲਬ, ਜਿਨ੍ਹਾਂ ਦੋਵਾਂ ਗੱਡੀਆਂ ਦਾ ਨੰਬਰ 786 ਆ, 786 ਕਾਲੇ ਰੰਗ ਦੀ ਨੋਵਾ ਗੱਡੀ, ਤਾਂ ਤੁਸੀਂ ਨੰਬਰ ਦੇਖ ਸਕਦੇ ਹੋ, ਅਤੇ ਇੱਕ ਸਿਲਵਰ ਕਲਰ ਦੀ ਇਹ ਵੀ ਨੋਵਾ ਹੀ ਆ, 786-8 786-7। ਬਾਬਾ ਅਮਰਾਜ ਸ਼ਾਹ ਜੀ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਚੱਲੇ ਹਾਂ ਜੀ ਬਾਬਾ ਵਿੱਕੀ ਸਰਕਾਰ ਦੇ ਦਰਬਾਰ 'ਤੇ। ਲਓ ਜੀ ਹੁਣ ਆਪਾਂ ਪਹੁੰਚ ਗਏ ਹਾਂ ਬਾਬਾ ਵਿੱਕੀ ਸਰਕਾਰ ਅਤੇ ਵਿੱਦਿਆ ਸਾਗਰ ਜੀ ਦਾ ਹੁਜਰਾ। ਕਮੈਂਟ ਕਰਕੇ ਜ਼ਰੂਰ ਦੱਸਿਓ ਸੀ ਦੱਸਿਓ ਥੋੜ੍ਹਾ ਜਿਹਾ ਵਿਸਤਾਰ ਨਾਲ ਪੰਜਾਬੀ ਜਿਹਦੇ ਬਾਰੇ, ਠੀਕ ਹੈ ਜੀ। ਇਹ ਤਾਂ ਵੈਸੇ ਤਾਂ ਲਿਖਿਆ ਤਾਂ ਪੰਜਾਬੀ 'ਚ ਹੀ ਆ, ਮਤਲਬ ਜੇ ਕੋਈ ਹੋਰ ਭਾਸ਼ਾ ਦੇ ਵਿੱਚ ਆਪਾਂ ਮਤਲਬ ਕੀ ਕਹਾਂਗੇ ਇਹ ਚੀਜ਼ ਨੂੰ, ਤੁਸੀਂ ਮਾੜਾ ਜਿਹਾ ਦੱਸ ਦਿਓ ਇੱਕ ਵਾਰੀ, ਬਾਕੀ ਸਾਰਾ ਮਤਲਬ ਪਤਾ ਲੱਗ ਜੂਗਾ ਸੰਗਤਾਂ ਨੂੰ। ਅਤੇ ਆਹ ਤੁਸੀਂ ਫੋਟੋ ਦੇਖ ਰਹੇ ਹੋ ਬਾਬੇ ਵਿੱਕੀ ਸਰਕਾਰ ਜੀ ਦੀ, ਸਾਈਂ ਲਾਡੀ ਸ਼ਾਹ ਸਰਕਾਰ, ਬਾਬਾ ਵਿੱਕੀ ਸ਼ਾਹ ਸਰਕਾਰ, ਬਾਬਾ ਮੁਰਾਦ ਸ਼ਾਹ ਜੀ। ਇਹਦੇ ਅੰਦਰ ਆਪਾਂ ਤਿੰਨ ਜਗ੍ਹਾ 'ਤੇ ਮੱਥਾ ਟੇਕਿਆ ਵਾ ਅੰਦਰ, ਅਤੇ ਦੂਸਰੇ ਨੰਬਰ 'ਤੇ ਜਿਹੜੀ ਜਗ੍ਹਾ ਬਾਬੇ ਵਿੱਕੀ ਸਰਕਾਰ ਜੀ ਦੀ ਆ, ਜੋ ਥੋੜ੍ਹਾ ਟਾਈਮ ਪਹਿਲਾਂ ਹੀ ਆਪਣੀ ਗੱਦੀ ਛੱਡ ਕੇ ਗਏ ਨੇ, ਅਤੇ ਇਹ ਵੀ ਪਹਿਲਾਂ ਸਾਰਾ ਥਾਂ ਕੱਚਾ ਹੁੰਦਾ ਸੀ, ਸਾਰਾ ਥਾਂ ਨਾ ਏ ਟੂ ਜੈਡ ਕੱਚਾ ਹੁੰਦਾ ਸੀਗਾ, ਅਤੇ ਆਹ ਹੁਣ ਹੀ ਮੈਨੂੰ ਲੱਗਦਾ ਸ਼ਾਇਦ ਆਹ ਸਾਲ ਹੀ ਇੱਥੇ ਆ ਸਾਰਾ ਥਾਂ, ਅਤੇ ਉਹ ਕਿਸੇ ਨੇ ਮਤਲਬ ਸੇਵਾ ਕਰਵਾਈ ਜਿਹੜੀ ਅੰਦਰ ਫਰਸ਼ ਲੱਗੀ ਉਹ ਵੀ ਥਾਂ ਕੱਚਾ ਹੁੰਦਾ ਸੀ ਅੰਦਰ ਜਗ੍ਹਾ ਦੇ ਅੰਦਰ, ਅਤੇ ਆਹ ਸਾਰਾ ਇਹ ਸਾਰਾ ਕੱਚਾ ਹੁੰਦਾ ਸੀ, ਅਤੇ ਇੱਧਰ ਉਹ ਲੰਗਰ ਘਰ ਆ ਤੁਸੀਂ ਇੱਥੇ ਲਿਖਿਆ ਪੜ੍ਹ ਸਕਦੇ ਹੋ, ਇੱਥੇ ਸਾਈਂ ਵਿੱਕੀ ਸਰਕਾਰ ਜੀ ਨੂੰ ਲਾਸਟ ਵਾਰ ਇਸ਼ਨਾਨ ਕਰਾਇਆ ਸੀ ਮਤਲਬ, ਅਤੇ ਉਸ ਜਗ੍ਹਾ 'ਤੇ ਫਿਰ ਬਣਾਇਆ ਹੋਇਆ ਉਹਨਾਂ ਦਾ। ਇੱਕ ਹੋਰ ਗੱਲ, ਆਹ ਸਾਰਾ ਜੋ ਵੀ ਜਿੰਨਾ ਵੀ ਹੈ ਨਾ ਆਹ ਕਮਰਾ ਬਣਿਆ ਹੋਇਆ, ਇਹਦੇ ਨਾਲ ਸਾਰਾ ਇਹ
ਟਰੋਫੀਜ਼ ਹੋ ਗਈਆਂ, ਆ ਕੋਈ ਆ ਗੱਡੀਆਂ ਖੜੀਆਂ ਦੇ ਵਿੱਚ ਥੋੜ੍ਹਾ ਚਾਨਣ ਪੈਂਦਾ ਤਾਂ ਕਰਕੇ ਨਿੰਨੀਆਂ ਦੋ ਗੱਡੀਆਂ ਖੜੀਆਂ ਅਤੇ ਟਰੋਫੀਜ਼ ਖੜੀਆਂ। ਆਹ ਮੋਟਰਸਾਈਕਲ ਸਾਰੇ ਮੋਟਰਸਾਈਕਲ ਸਕੂਟਰ ਏ ਟੂ ਜੈੱਡ ਜੋ ਵੀ ਚੀਜ਼ਾਂ, ਅਤੇ ਸਾਰੇ ਕਬੱਡੀ ਵਾਲੇ ਪਲੇਅਰ ਆ ਨਾ ਜੋ, ਅਤੇ ਉਹਨਾਂ ਦੀ ਮਾਨਤਾ ਹੁੰਦੀ ਆ ਪਹਿਲਾ ਮੋਟਰ ਹੈ ਜਾਂ ਦੂਜਾ ਮੋਟਰ ਹੈ ਜਾਂ ਵੈਸੇ ਵੀ ਮਾਨਤਾ ਹੁੰਦੀ ਜਿਹਦੀ, ਉਹ ਆ ਕੇ ਮਤਲਬ ਇੱਥੇ ਬਾਬਾ ਜੀ ਦੇ 'ਚ ਚੜ੍ਹਾ ਕੇ ਜਾਂਦੇ ਆ ਸਾਰੇ। ਆਹ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਆ ਮੋਟਰਸਾਈਕਲ, ਗਿਣਤੀ ਤੋਂ ਪਾਸ ਹੀ ਆ। ਮੈਂ ਤੁਹਾਨੂੰ ਮੂਹਰਿਓਂ ਦਿਖਾਉਂਦਾ ਜਾ ਕੇ, ਇੱਕੋ ਮਿੰਟ ਆ ਦੇਖੋ। ਹੋਰ ਵੀ ਇੱਥੇ ਬਹੁਤ ਚੀਜ਼ਾਂ, ਮਤਲਬ ਗੱਡੀਆਂ ਵਗੈਰਾ ਉਹ ਪਰਲੇ ਪਾਸੇ ਨੇ ਉੱਧਰ, ਗੱਡੀਆਂ ਵਗੈਰਾ ਸਾਰੀਆਂ, ਅਤੇ ਉਹ ਇੱਥੇ ਮਤਲਬ ਕਬੱਡੀ ਵਾਲੇ ਪਲੇਅਰ ਸਾਰੇ ਚੜ੍ਹ ਕੇ ਜਾਂਦੇ ਆ ਕੇ, ਟਰੈਕਟਰ ਵਗੈਰਾ ਗੱਡੀਆਂ ਵਗੈਰਾ ਸਾਰਾ ਕੁਛ, ਜੋ ਵੀ ਮਤਲਬ ਜਿਨ੍ਹਾਂ ਦੀ ਮਾਨਤਾ ਹੁੰਦੀ ਆ ਵੀ ਮੈਂ ਬੈਸਟ ਰਹਾਂ ਤਾਂ ਮੈਂ ਤੁਹਾਡੇ ਗੱਡੀ ਚੜ੍ਹ ਕੇ ਜਾਊਂਗਾ। ਆ ਅੱਜ ਮੈਂ ਅਲਟੋ ਖੜ੍ਹੀ ਆ, ਉਹ ਪਰਲੇ ਪਾਸੇ ਹੋਰ ਇੱਕ ਅਲਟੋ, ਅਤੇ ਆਹ ਸਾਰੇ ਟਰੈਕਟਰ ਵਗੈਰਾ ਉੱਪਰ ਪਲੇਅਰਾਂ ਦੇ ਨਾਂ ਵੀ ਲਿਖੇ ਹੋਣਗੇ ਆਈ ਥਿੰਕ। ਮੈਂ ਤੁਹਾਨੂੰ ਜੇ ਲਿਖੇ ਹੋਏ ਤਾਂ ਮੈਂ ਤੁਹਾਨੂੰ ਉੱਤੇ ਦਿਖਾਉਂਦਾ ਵੀ ਇਹ ਕਿਹੜਾ ਪਲੇਅਰ ਚੜ੍ਹ ਕੇ ਗਿਆ ਵਾ। ਹਾਂ ਜਸਤਰਾ ਉਹ ਵੀ ਲਿਖਿਆ ਕਬੱਡੀ ਗਿਫਟ ਮੰਗੀ ਬੱਗਿਆਂ ਵਾਲਾ, ਮੰਗੀ ਚੜ੍ਹ ਕੇ ਗਿਆ ਹੋਇਆ। ਆ ਨੋਵਾ ਗੱਡੀ ਹੋ ਗਈ, ਕਬੱਡੀ ਗਿਫਟ ਉਹ ਨੈਨੋ ਖੜ੍ਹੀ ਆ, ਕਬੱਡੀ ਗਿਫਟ ਉਹ ਜੀਪ ਖੜ੍ਹੀ ਆ, ਇਹ ਦੁੱਲੇ ਦੀ ਆ, ਦੁੱਲੇ ਦੀ ਉਹ ਉਦੋਂ ਅੱਗੇ ਜਿਪਸੀ ਖੜ੍ਹੀ ਆ, ਇੱਕ ਹੋਰ ਟਰੈਕਟਰ ਆ ਗਿਆ ਇੱਧਰਲੇ ਪਾਸੇ ਖੜ੍ਹਾ ਦੇ, ਅਤੇ ਆ ਅਲਟੋ ਇੱਕੋ ਜਿਪਸੀ ਖੜ੍ਹੀ ਉੱਧਰਲੇ ਪਾਸੇ। ਸਾਰੀ ਮਤਲਬ ਜੋ ਵੀ ਵੱਡੇ ਵੱਡੇ ਪਲੇਅਰਾਂ ਦੀਆਂ ਮਾਨਤਾ ਜੋ ਪੂਰੀਆਂ ਹੁੰਦੀਆਂ ਵਾ, ਜਿਹੜੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਉਦੋਂ ਫਿਰ ਆ ਕੇ ਉਹ ਆਪਣੀਆਂ ਏ ਮਤਲਬ ਚੜ੍ਹਾ ਕੇ ਜਾਂਦੇ ਆ। ਟਰੈਕਟਰ ਗੱਡੀਆਂ ਮੋਟਰਸਾਈਕਲ ਤਾਂ ਤੁਹਾਨੂੰ ਮੈਂ ਦਿਖਾ ਹੀ ਦਿੱਤੇ ਹੈ ਨਾ। ਅਤੇ ਇਸ ਜਗ੍ਹਾ 'ਤੇ ਬਾਬਾ ਵਿੱਕੀ ਸਰਕਾਰ ਜੀ ਮਤਲਬ ਇੱਥੇ ਆਪ ਬਹਿੰਦੇ ਹੁੰਦੇ ਸੀਗੇ, ਅਤੇ ਉਹ ਸਰਕਾਰ ਮਤਲਬ ਸੰਗਤ ਬਹਿੰਦੀ ਹੁੰਦੀ ਸੀ ਆ ਕੇ ਸਾਹਮਣੇ ਉਹਨਾਂ ਦੇ ਮਤਲਬ ਗੱਦੀ ਲਾਉਂਦੇ ਹੁੰਦੇ ਸੀ ਆਪਣੀ। ਅਤੇ ਆਹ ਦੋ ਗੱਡੀਆਂ ਵੀ ਮਤਲਬ ਆਹ ਤਾਂ ਗੱਡੀ ਆਹ ਜੋ ਗੱਡੀ ਹੈ ਨਾ ਬਾਬਾ ਵਿੱਕੀ ਸਰਕਾਰ ਜੀ ਦੀ ਆ, ਅਤੇ ਉੱਧਰ ਜਾਣਾ ਥੋੜ੍ਹਾ ਜਿਹਾ ਮਨਾ ਕੀਤਾ ਹੋਇਆ ਵਾ, ਇੱਧਰ ਅੰਦਰ ਹੁੰਦੇ ਸੀ ਬਾਬਾ ਵਿੱਕੀ ਸਰਕਾਰ ਜੀ। ਅਤੇ ਆ ਬਾਬਾ ਵਿੱਕੀ ਸਰਕਾਰ ਜੀ ਦੇ ਅੰਦਰ ਤੁਸੀਂ ਫੋਟੋ ਦੇਖ ਸਕਦੇ ਹੋ, ਅਤੇ ਆਹ ਗੱਡੀ ਹੁਣ ਇਕੱਲੀ ਕਬੱਡੀ ਨਹੀਂ ਮਤਲਬ ਇਕੱਲੀ ਕਬੱਡੀ ਨਹੀਂ, ਹੋਰ ਵੀ ਜੋ ਵੀ ਇੱਥੇ ਕ੍ਰਿਕਟ ਕਬੱਡੀ ਹਾਕੀ ਫੁੱਟਬਾਲ ਜਾਂ ਹੋਰ ਕੋਈ ਵੀ ਗੇਮ ਆ ਉਹਦੇ ਰਿਲੇਟਡ ਜੋ ਵੀ ਜਿਹਦੀ ਵੀ ਮਾਨਤਾ ਪੂਰੀ ਹੁੰਦੀ ਹੈ ਮਤਲਬ ਉਹ ਆ ਕੇ ਇੱਥੇ ਚੜ੍ਹਾ ਕੇ ਜਾਂਦਾ। ਤੁਹਾਡੇ ਸਾਹਮਣੇ ਟਰੋਫੀਜ਼ ਤਾਂ ਹੋਰ ਬਹੁਤ ਕੁਛ ਦਿਖੂਗਾ ਵਿੱਚ, ਇਹਦੇ ਹੋਰ ਵੀ ਕੁਛ ਤੁਹਾਨੂੰ ਦਿਖਾਉਂਦਾ ਇੱਕ ਇੰਟਰਸਟਿੰਗ ਚੀਜ਼। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕਬੱਡੀ ਨਹੀਂ, ਹੋਰ ਵੀ ਬਹੁਤ ਜੋ ਵੀ ਮਤਲਬ ਜਿਹੜੇ ਵੀ ਸਪੋਰਟਸ ਰਿਲੇਟਡ ਜਾਂ ਊਂ ਵੀ ਵੈਸੇ ਵੀ ਕਿਸੇ ਦੀ ਮੁਰਾਦ ਪੂਰੀ ਹੁੰਦੀ ਹੈ ਨਾ, ਉਹ ਆ ਕੇ ਇੱਥੇ ਜੇ ਸੁੱਖਿਆ ਹੁੰਦਾ ਮਤਲਬ ਆਪਣਾ ਪਹਿਲਾਂ। ਹੋਰ ਬਹੁਤ ਤਰ੍ਹਾਂ ਦੇ ਜਿਵੇਂ ਕਿ ਆਹ ਦੇਖੋ ਆ ਡੋਲਰ ਵਗੈਰਾ ਜਾਂ ਅਰਬ ਕੰਟਰੀ ਦੇ, ਉਹ ਅੰਦਰ ਵੀ ਤੁਸੀਂ ਦੇਖਦੇ ਹੋਣਗੇ ਨਾ। ਅਤੇ ਆਹ ਬਿੱਗ ਬੋਸ ਦੀ ਟਰੋਫੀ ਪਈ ਆ, ਅਤੇ ਆਹ ਕਮੇਡੀ ਸੁਪਰ ਸਟਾਰ ਆਹ ਬੋਡੀ ਬਿਲਡਰ ਜੋ ਵੀ ਮਤਲਬ ਕਰਦੇ ਉਹਨਾਂ ਨੂੰ ਪਤਾ ਹੋਣਾ ਨਾ, ਉਹਨਾਂ ਦੇ ਉੱਪਰ ਹੈਗਾ ਮਿਸਟਰ ਦਿੱਲੀ ਬੋਡੀ ਬਿਲਡਰ ਚੈਂਪੀਅਨਸ਼ਿਪ 2015, ਅਤੇ ਪਲੇ ਬਟਨ ਪਿਆ ਵਾ ਯੂਟਿਊਬ ਦਾ। ਅਤੇ ਹੋਰ ਜੋ ਵੀ ਮਤਲਬ ਉਹ ਅੰਦਰ ਉਹਨਾਂ ਦੇ ਭਲਵਾਨਾਂ ਦੇ ਪਏ ਆ ਜਿਹੜੇ ਉਹਨਾਂ ਨੂੰ ਮਿਲਦੇ ਹੁੰਦੇ ਨਾਲ ਸਾਰਾ ਕੁਛ ਨਾਲ ਇਹ ਸਪੈਸ਼ਲੀ ਮਤਲਬ ਇੰਨੇ ਅਤੇ ਸੰਗਤ ਨੂੰ ਦਿਖਾਉਣ ਵਾਸਤੇ ਮਤਲਬ ਇਹ ਸ਼ੀਸ਼ੇ ਲਾਏ ਹੋਏ, ਤਾਂ ਪਹਿਲਾਂ ਬਾਬਾ ਆਪ ਪਹਿੰਦੇ ਹੁੰਦੇ ਸੀ, ਹੁਣ ਸੰਗਤ ਨੂੰ ਸ਼ੀਸ਼ੇ
ਲਾਏ ਹੋਏ ਆ ਵੀ ਛੇੜਖਾਨੀ ਨਾ ਕਰਨ, ਹੋਰ ਜੋ ਵੀ ਆ ਸਪੋਰਟਸ ਰਿਲੇਟਡ ਇਹ ਸਾਰੇ ਮਤਲਬ ਬਾਬਾ ਵਿੱਕੀ ਸਰਕਾਰ ਜੀ ਦੇ ਆ, ਉਹ ਛੜੀ ਕਹਿੰਦੇ ਨੇ ਸੋਟੀ ਵਗੈਰਾ ਆਪ ਇੱਧਰ ਤੁਹਾਨੂੰ ਨੇੜੇ ਦਿਖਾਉਣ, ਉਹ ਬਾਕੀ ਸਪੋਰਟਸ ਰਿਲੇਟਡ ਤੂੰਬੀ ਹੋ ਗਈ, ਤਬਲਾ ਪਿਆ ਵਾ, ਉਹ ਹਾਰਮੋਨੀਅਮ ਪਏ ਆ, ਚਮਟੇ ਵਗੈਰਾ ਪਏ ਆ, ਸਾਰਾ ਕੁਛ। ਅਤੇ ਇੱਥੇ ਹੁਣ ਪਰਦੇ ਲਾਤੇ ਨਹੀਂ, ਇੱਥੇ ਵੀ ਕਾਫੀ ਕੁਛ ਮਤਲਬ ਪਿਆ ਸੀਗਾ, ਹੁਣ ਪਰਦੇ ਲਾਤੇ ਇੱਥੇ, ਹਾਂ ਇੱਥੇ ਕਾਫੀ ਕੁਛ ਪਿਆ ਸੀ। ਅਤੇ ਇਸ ਤੋਂ ਉੱਪਰ ਆ ਇੱਕ ਵੱਡਾ ਪੈਕਟ ਮੈਂ ਤੂੰ ਅਗਰਬੱਤੀ ਵਾਲਾ ਦਿਖਾਈ ਤੇਰੇ ਕਿਹੜੇ ਕਿਹੜੇ ਆ ਆਇਆ ਅੱਛਾ ਠੀਕ ਆ ਓਕੇ ਆ ਵਧੀਆ ਵੀਰੇ ਅਗਰਬੱਤੀ ਓਕੇ ਚੱਲ ਇਹ ਦੇ ਦੀ ਯਾਰ ਇੱਕ ਕਰ ਨਾ ਵਧੀਆ ਉਹ ਦੇ ਦੇ ਠੀਕ ਆ ਹਾਂ ਬਸ ਇਹੀ ਆ ਬਾਬੇ ਮੂਹਰੇ ਲਾਉਣੀ ਆ ਯਾਰ ਆਪਾਂ ਸਹੀ ਆ ਸਹੀ ਆ ਓਕੇ ਤੁਹਾਡੀ ਦੁਕਾਨ ਕੱਚੀ ਹੁੰਦੀ ਸੀ ਨਾ ਮੈਂ ਕਾਫੀ ਟਾਈਮ ਦਾ ਆਉਂਦਾ ਇੱਥੇ ਕੱਚੀ ਹੁੰਦੀ ਤੁਹਾਡੀ ਲਾਸਟ ਜਗ੍ਹਾ ਮੱਥਾ ਟੇਕਣ ਤੋਂ ਬਾਅਦ ਹੁਣ ਤਿਆਰੀ ਆ ਘਰ ਜਾਣ ਦੀ ਅਤੇ ਚਲੋ ਠੀਕ ਆ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ।